ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਚਪਰਾਹੜ ਵੱਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਨ, ਜਿਨ੍ਹਾਂ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅੱਜ ਪਿੰਡ ਚਪਰਾਹੜ ਵਿੱਚ ਸਾਡੇ ਨੌਜਵਾਨ ਆਗੂ ਬਿੰਦਾ ਗੁੱਜਰ ਜਾਂ ਗੁਰਨੇਕ ਸਿੰਘ ਹੋਣੀ, ਇਹਨਾਂ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਕਲੱਬ ਦੇ ਬੈਨਰ ਥੱਲੇ ਜਿਹੜਾ ਕੈਂਪ ਲਵਾਇਆ ਅਤੇ ਤਕਰੀਬਨ ਥੋੜ੍ਹੇ ਥੋੜ੍ਹੇ ਵਕਫੇ ਬਾਅਦ ਇਹ ਕੈਂਪ ਲਵਾਉਂਦੇ ਰਹਿੰਦੇ ਨੇ। ਕੇਵਲ ਨੌਜਵਾਨ ਹੀ ਨਹੀਂ ਬਲਕਿ ਪਿੰਡ ਦੇ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ, ਵੱਡੇ ਆਗੂ ਨੇ, ਸਰਦਾਰ ਭਜਨ ਸਿੰਘ ਹੋਣੀ, ਸਰਦਾਰ ਸੁਰਿੰਦਰ ਸਿੰਘ ਹੋਣੀ, ਚੌਧਰੀ ਸ਼ਿਵ ਰਾਮ ਜੀ, ਸਰਦਾਰ ਗੁਰਦੀਪ ਸਿੰਘ ਹੋਣੀ, ਸਾਰਿਆਂ ਨੇ, ਸਰਦਾਰ ਗੁਰਮੇਲ ਸਿੰਘ ਹੋਣੀ ਖੜ੍ਹੇ ਨੇ, ਹੋਰ ਸਾਰਿਆਂ ਨੂੰ ਨਾਲ ਲੈ ਕੇ ਮੈਂ ਸਮਝਦਾ ਇੱਕ ਬਹੁਤ ਹੀ ਚੰਗਾ ਸਮਾਜਿਕ ਉਪਰਾਲਾ ਕੀਤਾ। ਅਤੇ ਇਹ ਉਪਰਾਲਾ ਮੈਂ ਸਮਝਦਾ ਵੀ ਆਗੂ ਕਹਾਉਣ ਵਾਲੇ ਲੋਕਾਂ ਲਈ ਆਪਣੇ ਆਪ 'ਚ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਜੇ ਨੌਜਵਾਨ ਸਮਾਜ ਪ੍ਰਤੀ ਇੰਨੇ ਸੁਚੇਤ ਨੇ, ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨੇ, ਤਾਂ ਸਾਡੇ ਆਗੂਆਂ ਨੂੰ ਵੀ ਮੈਂ ਸਮਝਦਾ ਭਾਸ਼ਣਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਸਮਾਜ ਨੂੰ ਕੋਈ ਚੰਗੀਆਂ ਲੀਹਾਂ ਅਤੇ ਚੰਗੀਆਂ ਸੇਧਾਂ ਦੇਣ ਲਈ ਆਪਣਾ ਜਿਹੜਾ ਹੈਗਾ ਯੋਗਦਾਨ ਪਾਉਣ ਦੀ ਜ਼ਰੂਰਤ ਆ। ਸੋ ਮੈਂ ਇਹਨਾਂ ਨੌਜਵਾਨਾਂ ਨੂੰ ਵਧਾਈ ਵੀ ਦਿੰਦਾ, ਉੱਥੇ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਣਾ ਕਿ ਇਹਨਾਂ ਦੇ ਇਹਨਾਂ ਉਪਰਾਲਿਆਂ ਦੇ ਵਿੱਚ ਹਮੇਸ਼ਾ ਹੀ ਇਹਨਾਂ ਨੂੰ ਸਹਿਯੋਗ ਦਿੰਦੇ। ਦੇਵੀਗੜ੍ਹ ਤੋਂ ਰਜਿੰਦਰ ਸਿੰਘ ਮੋਜੀ ਦੀ ਰਿਪੋਰਟ।